ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰਦਾਸਪੁਰ ਦੇ ਪੁਰਾਣੇ ਡੀਸੀ ਦਫ਼ਤਰ ਦੇ ਬਾਹਰ ਬਣੇ ਸੁਵਿਧਾ ਕੇਂਦਰ 'ਚ ਬੀਤੀ ਰਾਤ ਚੋਰ 6 ਲੱਖ ਦੀ ਰਕਮ ਚੋਰੀ ਕਰਕੇ ਫਰਾਰ ਹੋ ਗਏ। ਜਦੋਂ ਅੱਜ ਸਵੇਰੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਆ ਕੇ ਦੇਖਿਆ ਕਿ ਦਰਵਾਜ਼ੇ ਦੀ ਕੁੰਡੀ ਟੁੱਟੀ ਹੋਈ ਸੀ ਅਤੇ ਦਰਾਜ ਵਿੱਚ 6,40,000 ਰੁਪਏ ਗਾਇਬ ਸਨ। ਜਾਣਕਾਰੀ ਦਿੰਦੇ ਹੋਏ ਸੁਵਿਧਾ ਕੇਂਦਰ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਸੁਵਿਧਾ ਕੇਂਦਰ ਵਿੱਚ ਰੋਜ਼ਾਨਾ ਅਸ਼ਟਾਮ ਅਤੇ ਰਜਿਸਟਰੀ ਦੀ 6 ਤੋਂ 8 ਲੱਖ ਰੁਪਏ ਦੀ ਸੇਲ ਹੁੰਦੀ ਹੈ। ਕੱਲ੍ਹ ਦੇ ਸੇਲ 6,40,000 ਰੁਪਏ ਅੱਜ ਜਮ੍ਹਾਂ ਕਰਵਾਉਣੇ ਸੀ। ਸਵੇਰੇ ਫੋਨ ਆਇਆ ਕਿ ਸੁਵਿਧਾ ਕੇਂਦਰ ਚੋਰੀ ਹੋ ਗਈ ਹੈ। ਸਿਕਿਉਰਿਟੀ ਗਾਰਡ ਨੇ ਦੱਸਿਆ ਕਿ ਸੁਵਿਧਾ ਕੇਂਦਰ ਦੇ ਦਰਵਾਜ਼ਿਆਂ ਦੀ ਕੁੰਡੀ ਟੁੱਟੀ ਹੋਈ ਸੀ ਅਤੇ ਦਰਾਜ ਵਿੱਚੋਂ ਪੈਸੇ ਗਾਇਬ ਸਨ। ਮੌਕੇ 'ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਪੁਲਿਸ ਜਾਂਚ ਕਰ ਰਹੀ ਹੈ। 9 ਵਜੇ ਜਿਹੜਾ ਆਪਣੇ ਇੱਥੇ ਇੰਚਾਰਜ ਹੈਗੇ ਆ ਮਾਨਤ ਮਸੀਹ ਸੈਂਟਰ ਕੋਆਰਡੀਨੇਟਰ, ਇਹਨਾਂ ਦੀ ਕੋਲ ਆਈ ਆ ਕਿ ਸਿਕਿਉਰਿਟੀ ਗਾਰਡ ਨੇ ਆਪਣਾ ਖੋਲ੍ਹਿਆ ਸੇਵਾ ਕੇਂਦਰ ਅਤੇ ਅੰਦਰ ਉਹਨੂੰ ਦੇਖਿਆ ਲੋਕ ਲਾਕ ਟੁੱਟੇ ਹੋਏ ਅਤੇ ਚੋਰੀ ਹੋਈ ਪਈ ਆ। ਅਤੇ ਫਿਰ ਮੈਨੂੰ ਉਹਨਾਂ ਦੀ ਕੋਲ ਆਈ ਆ ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪਹੁੰਚੋ, ਮੈਂ ਵੀ ਆ ਰਿਹਾ ਅਤੇ ਬਾਕੀ FIR ਆ ਕੇ ਪੁੱਟ ਕਰਾਉਂਦੇ ਹਾਂ। ਬਾਕੀ 6,40,000 ਅਤੇ 200 ਰੁਪਏ ਜਿਹੜੀ ਅਮਾਊਂਟ ਹੈ ਉਹ ਚੋਰੀ ਹੋਈ ਹੈ। ਹਾਂ, DC ਆਫਿਸ ਸੇਵਾ ਕੇਂਦਰ ਚਾਹੁੰਦਾ ਹੁੰਦਾ ਹੀ ਆ 6 ਤੋਂ 8 ਲੱਖ ਦੇ ਵਿੱਚ, ਕਈ ਵਾਰੀ 10 ਲੱਖ ਵੀ ਹੋ ਜਾਂਦਾ। ਈ ਸਟਾਮ ਅਤੇ ਈ ਰਜਿਸਟਰੇਸ਼ਨ ਦੀ ਜਿਹੜੀ ਰਜਿਸਟਰੀ ਵਗੈਰਾ ਹੁੰਦੀ ਉਹਨਾਂ ਦੀ ਫੀਸ ਜਿਹੜੀ ਆ ਉਹ ਕਾਫੀ ਹੈਵੀ ਅਮਾਊਂਟ ਹੁੰਦਾ। ਪੁਲਿਸ ਆਪਣਾ ਕਰਦੀ ਪਈ ਆ ਕਾਰਵਾਈ, ਹਾਂਜੀ ਉਹ ਸੀਲ ਕਰਦਾ, ਬਾਕੀ ਇਨਵੈਸਟੀਗੇਟ ਕਰਦੇ ਪਏ ਆ। ਪੁੱਛ ਗਿੱਛ ਲਈ ਸਿਕਿਉਰਿਟੀ ਗਾਰਡ ਆਪਣੇ ਸੈਂਟਰ ਜਿਹੜੇ ਇੰਚਾਰਜ ਆ ਗਿਆ ਮਾਨਤ ਮਸੀਹ, ਉਹਨਾਂ ਨੂੰ ਖੜਿਆ। ਬਾਕੀ ਜਿਹੜਾ ਮੁੰਡਾ ਕੈਸ਼ ਜਮ੍ਹਾਂ ਕਰਾਉਂਦਾ ਸਫਾਈ ਕਰਮਚਾਰੀ, ਕਾਫੀ ਪੁਰਾਣੀ ਬਿਲਡਿੰਗ ਆ ਇਸ ਕਰਕੇ CCTV ਹੈ ਨਹੀਂ ਆ। ਨਵੀਂ ਬਿਲਡਿੰਗ 'ਚ ਸ਼ਿਫਟਿੰਗ ਕਰਨਾ ਸੀ ਥੋੜ੍ਹੇ ਦਿਨਾਂ ਦੇ ਵਿੱਚ, ਜਿਹੜਾ ਨਵਾਂ ਉਹ ਸ਼ਿਫਟ ਕਰ ਚੁੱਕਿਆ। ਬਸ ਇੱਕ ਸਾਰੇ ਡਿਪਾਰਟਮੈਂਟ ਸ਼ਿਫਟ ਕਰ ਚੁੱਕਿਆ, ਇੱਕ ਸਾਡਾ ਜਿਹੜਾ ਸੇਵਾ ਕੇਂਦਰ ਇੱਥੇ ਆ, ਥੋੜ੍ਹੇ ਦਿਨਾਂ 'ਚ ਬਸ ਇਹ ਵੀ ਸ਼ਿਫਟ ਕਰਨ ਹੀ ਵਾਲਾ। ਅੱਜ ਤਾਂ ਇਹੀ ਕਹਿੰਦੇ ਕਿ ਇੱਕ ਵਾਰੀ ਮਤਲਬ ਕਿ ਪੁਲਿਸ ਜਿਹੜਾ ਮੈਂ ਇਨਵੈਸਟੀਗੇਟ ਕਰੇ, ਦੱਸ ਮਤਲਬ ਕਿ ਬੰਦਾ ਫੜਿਆ ਜਾਏ ਕਿਹੜਾ ਹੈਗਾ। ਬਸ ਇਹੀ ਹੈ ਜੀ, ਜਿਹੜਾ ਬੰਦਾ ਮਤਲਬ ਇੱਕ ਕਲੀਅਰ ਹੋਏ ਕਿ ਕਿਹੜਾ ਬੰਦਾ ਇਹ ਕੰਮ ਕਰ ਚੁੱਕਿਆ, ਕਿਉਂਕਿ ਸਾਹਮਣੇ DSP ਆਫਿਸ ਆ, SSP ਆਫਿਸ ਆ, ਉਹਦੇ ਮਤਲਬ ਦੋਵਾਂ ਦੇ ਵਿੱਚ ਘਰ ਹੈਗਾ ਆਫਿਸ, ਫਿਰ ਵੀ ਕੋਈ ਚੋਰ ਏਡਾ ਮਤਲਬ ਕਰਜੇ ਕਾਰਵਾਈ ਇੱਦਾਂ ਦੀ ਬੜੀ ਮਤਲਬ ਮਾੜੀ ਗੱਲ ਆ। DSP ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੇ DC ਦਫ਼ਤਰ ਦੇ ਬਾਹਰ ਬਣੇ ਸੁਵਿਧਾ ਕੇਂਦਰ ਵਿੱਚ 6,40,000 ਰੁਪਏ ਦੀ ਚੋਰੀ ਹੋਈ ਹੈ ਅਤੇ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਾਨੂੰ ਸਵੇਰੇ ਜਿਹੜੀ ਸੁਵਿਧਾ ਸੈਂਟਰ ਹੈ DC ਸਾਹਿਬ ਦੇ ਆਫਿਸ ਦੇ ਨਾਲ, ਉੱਥੋਂ ਉਹਨਾਂ ਦੇ ਇੰਚਾਰਜ ਨੇ ਮਿਸਟਰ ਅਮਾਨਤ ਮਸੀਹ, ਉਹਨਾਂ ਨੇ ਇੰਟੀਮੇਸ਼ਨ ਦਿੱਤੀ ਕਿ ਉਹਨਾਂ ਦੇ ਸੁਵਿਧਾ ਸੈਂਟਰ ਦੇ ਵਿੱਚ ਲੋਕ ਟੁੱਟੇ ਹੋਏ ਸੀ ਅਤੇ ਉੱਥੇ ਉਹਨਾਂ ਦੀ ਜਿਹੜੀ ਕੱਲ੍ਹ ਦੀ ਕਲੈਕਸ਼ਨ ਸੀ 1,40,000 ਰੁਪਈਆ, ਉਹ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ। ਉਸ ਤੋਂ ਬਾਅਦ ਸਾਡੀ ਸਿਟੀ ਪੁਲਿਸ ਉੱਥੇ ਮੌਕੇ 'ਤੇ ਪਹੁੰਚੀ, ਮੈਂ ਵੀ ਮੌਕੇ 'ਤੇ ਗਿਆ ਅਤੇ ਮੌਕੇ 'ਤੇ ਪਹੁੰਚ ਕੇ ਅਸੀਂ ਉੱਥੋਂ ਕਈ ਚੀਜ਼ਾਂ ਸਾਨੂੰ ਇਹੋ ਜਿਹੀਆਂ ਮਿਲੀਆਂ ਜਿਹੜੀਆਂ ਇਸਨੂੰ ਡਾਊਟਫੁੱਲ ਲੈ ਕੇ ਜਾਂਦੀਆਂ ਨੇ, ਬਟ ਇਹ ਬੜੀ ਟੂ ਅਰਲੀ ਹੈ ਇਸ ਸਟੇਜ 'ਤੇ ਇਹ ਕੁਛ ਵੀ ਕਹਿਣਾ। ਅਸੀਂ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ, ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਮਾਮਲਾ ਜਲਦੀ ਟਰੇਸ ਹੋ ਜੂਗਾ। CCTV ਉੱਥੇ ਕੈਮਰਾ ਲੱਗਿਆ ਸੀ ਪਰ ਉਹ CCTV ਦੀ ਕੋਈ ਰਿਕਾਰਡਿੰਗ ਨਹੀਂ ਸੀ ਹੁੰਦੀ, ਚੋਰ CCTV ਕੈਮਰਾ ਵੀ ਨਾਲ ਲੈ ਗਿਆ, ਉਹਦਾ ਪਿੱਛੇ ਫੀਡਬੈਕ ਜਾਂ ਉਹਦਾ ਕੋਈ ਰਿਕਾਰਡਰ ਨਹੀਂ ਸੀ ਰੱਖਿਆ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ SAANJHTV ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।